Oh, buddy, look for
ਸ਼ਬਦ ਆਇਆ ਸੀ ਜਿਸ ਨੂੰ ਆਪਾਂ ਸੰਪੂਰਨ ਨਹੀਂ ਸਾਂ ਕਰ ਸਕਦੇ ਸਮੇਂ ਦੀ ਅਣਹੋਂਦ ਕਰਕੇ ਤੇ ਮੈਂ ਕੀਤਾ ਸੀ ਸ਼ਬਦ ਨੂੰ ਪੜ੍ਹ ਕੇ ਸੰਪੂਰਨ ਕਰਨਾ ਕੇਵਲ ਉਸਦੀ ਕਹਾਣੀ ਨੂੰ ਚਿਤਾਰ ਕੇ ਇਹ ਆਸਾਨ ਹੈ ਕਹਾਣੀ ਵੀ ਇੱਕ ਐਸੀ ਹੈ ਜਿਹੜੀ ਇੱਕ ਵਾਰ ਨਹੀਂ ਕਈ ਵਾਰ ਸੁਣੀਏ ਪ੍ਰਹਿਲਾਦ ਦੀ ਕਈ ਵਾਰ ਆਖੇ ਪ੍ਰਹਿਲਾਦ ਦੀ ਕਹਾਣੀ ਭਗਤਾਂ ਦੇ ਇਤਿਹਾਸ ਵਿੱਚ ਪ੍ਰਹਿਲਾਦ ਭਗਤ ਦਾ ਨਾਮ ਬੜਾ ਉਜਾਗਰ ਹੈ ਬਲਕਿ ਮੈਂ ਪਿਛਲੀ ਵਾਰ ਅਰਜ਼ ਕੀਤੀ ਸੀ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ ਰਾਮ ਜਪੋ ਜੀ ਐਸੇ ਐਸੇ ਪ੍ਰਭੂ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਮੈਂ ਉਸਕੀ ਕਿਸੀ ਹਾਲਾਂਕਿ ਦੋਵਾਂ ਦੇ ਇਤਿਹਾਸ ਦੀ ਕਦੀ ਅੰਤਰੀ ਵੀ ਖੇਤਰ ਵਿੱਚ ਜਾਓ ਤੇ ਬੜਾ ਫਰਕ ਹੈ ਧਰੂਤ ਤੇ ਪ੍ਰਹਿਲਾਦ ਧਰੂਤ ਨੂੰ ਠੇਸ ਪਹੁੰਚੀ ਹੈ ਪਿਤਾ ਦੇ ਗੋਦੀ ਵਿੱਚੋਂ ਖਿੱਚ ਕੇ ਬਾਹਰ ਕੱਢਣ ਦੀ ਉਹਨੇ ਸਵਾਲ ਵੀ ਇਹੋ ਕੀਤਾ ਮਾਂ ਦੇ ਸਾਹਮਣੇ ਕਿ ਮੈਨੂੰ ਤੇ ਤੈਨੂੰ ਜਿਹੜੇ ਸਾਡੇ ਅਧਿਕਾਰ ਨੇ ਕਿਵੇਂ ਮਿਲਣ ਕਿਸ ਉਦਮ ਤੇ ਰਾਜ ਮਿਲੇ ਇਹਦਾ ਮਤਲਬ ਰਾਜ ਇੱਕ ਇੱਛਾ ਸੀ ਉਹਦੀ ਭਗਤੀ ਦਾ ਪਿਛੋਕੜ ਰਾਜ ਤੇ ਖੜਾ ਬੇਸ ਰਾਜ ਤੇ ਖੜਾ ਭਾਵੇਂ ਇਹ ਗੱਲ ਵੱਖਰੀ ਕਿ ਜਦੋਂ ਭਗਤੀ ਵਿੱਚ ਲੱਗਿਆ ਉਸ ਤੋਂ ਬਾਅਦ ਨਜ਼ਰੀਆ ਬਦਲਿਆ ਗੁਰਬਾਣੀ ਵਿੱਚ ਵੀ ਥਾਵਾਂ ਤੇ ਆਉਂਦਾ ਕਿ ਮਾਲਿਕ ਮੈਂ ਆਇਆ ਤਾਂ ਸਰ ਤੇਰੇ ਕੋਲੋਂ ਕੁਝ ਮੰਗਣ ਲਈ ਬੜੀਆਂ ਲੋੜਾਂ ਸਰ ਪਰ ਜਦੋਂ ਆ ਕੇ ਤੈਨੂੰ ਵੇਖਿਆ ਬਦਲ ਗਿਆ ਨਾ ਨਜ਼ਰੀਆ ਜਦੋਂ ਮੰਗਤਾ ਬਣ ਕੇ ਦਾਤੇ ਦੇ ਸਾਹਮਣੇ ਆਇਆ ਤੇ ਮੰਗਣਾ ਤੇ ਬਹੁਤ ਵੱਡੀ ਲਿਸਟ ਲੈ ਕੇ ਆਇਆ ਸਾਂ ਪਰ ਜਦੋਂ ਮੈਂ ਤੈਨੂੰ ਵੇਖਿਆ ਤੇ ਮੇਰਾ ਨਜ਼ਰੀਆ ਬਦਲ ਗਿਆ ਹੈ ਆਹ ਮੰਗਾਂ ਕਿ ਉਹ ਮੰਗਾਂ ਇੰਨੀਆਂ ਗੱਲਾਂ ਵੱਖ ਵੱਖ ਲੋੜਾਂ ਨੇ ਫਿਰ ਪੂਰੀਆਂ ਹੋਣ ਨਾ ਹੋਣ ਚੰਗੀ ਗੱਲ ਨਹੀਂ ਜਿਹੜਾ ਤੂੰ ਇੰਨਾ ਵੱਡਾ ਦਾਤਾ ਤੈਨੂੰ ਹੀ ਮੰਗ ਲਾ ਨਜ਼ਰੀਆ ਬਦਲ ਗਿਆ ਕਰ ਆਸਾ ਆਇਓ ਪ੍ਰਭੂ ਅੱਗੇ ਉਹ ਆਸਾ ਹੋਰ ਸੀ ਆਸ਼ਾਵਾਂ ਲੈ ਕੇ ਆਇਆ ਸੀ ਪਰ ਤੂੰ ਬੇਖਤ ਸੋਭਾ ਮੇਰੇ ਅੰਗਣ ਚੰਗੀ ਗੱਲ ਹੈ ਜੇ ਦਾਤਾ ਹੀ ਮੇਰੇ ਕੋਲ ਆ ਜਾਏ ਨਜ਼ਰੀਏ ਬਦਲ ਦੇ ਇੱਥੇ ਵੀ ਮਸਲਾ ਧਰੁਵ ਦਾ ਬੇਸ਼ੱਕ ਨਜ਼ਰੀਆ ਬਦਲਿਆ ਪਰ ਆਰੰਭ ਤਾਂ ਹੁੰਦਾ ਬੇਸ ਤਾਂ ਇਹੋ ਹੀ ਹੈ ਨਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਤੇ ਮੈਂ ਕੀਤੀ ਸੀ ਫਿਰ ਉਹਦੇ ਰਾਹ ਵਿੱਚ ਰੁਕਾਵਟ ਵੀ ਕੋਈ ਨਹੀਂ ਮਾਂ ਤੇ ਉਹਨੂੰ ਆਪ ਭੇਜ ਰਹੀ ਹੈ ਮਾਂ ਤੇ ਉਹਨੂੰ ਆਪ ਸਿੱਖਿਆ ਵੀ ਦਿੰਦੀ ਕਿ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪਵਿੱਤਰ ਜਵਾਬ ਵਿੱਚ ਤਾਂ ਉਹ ਜਾ ਰਿਹਾ ਪਰ ਇੱਥੇ ਉਸਦੇ ਉਲਟ ਹੈ ਕਿਸੇ ਪੈਦਾਦ ਦੀ ਕਹਾਣੀ ਕਿਸਦੇ ਉਲਟ ਹੈ ਇੱਥੇ ਕੋਈ ਰਾਜ ਦੀ ਇੱਛਾ ਨਹੀਂ ਕੋਈ ਆਸਾ ਨਹੀਂ ਫਿਰ ਇਹਦੇ ਰਾਹ ਵਿੱਚ ਰੁਕਾਵਟ ਵੀ ਕੋਈ ਨਹੀਂ ਇਹਦੇ ਰਾਹ ਵਿੱਚ ਰੁਕਾਵਟ ਵੀ ਹੈ ਉੱਥੇ ਤੇ ਮਾਂ ਆਪ ਪਈ ਭੇਜਦੀ ਹੈ ਇੱਥੇ ਮਾਂ ਪਈ ਰੋਕਦੀ ਹੈ ਚਲੋ ਖੈਰ ਮੈਂ ਪਿਛਲੀ ਵਾਰ ਕੁਛ ਚੀਜ਼ਾਂ ਆ ਚੁੱਕੀਆਂ ਨੇ ਆਪਾਂ ਅਗਲੇ ਹਿੱਸੇ ਨਾਲ ਚੁੜੀਏ ਕਿਉਂਕਿ ਮੈਂ ਅਰਜ਼ ਕੀਤੀ ਸੀ ਮੈਂ ਜਦੋਂ ਇਸ ਸ਼ਬਦ ਨੂੰ ਪੜ੍ਹਿਆ ਤੇ ਇਹਦੇ ਵਿੱਚੋਂ ਬਹੁਤ ਸਾਰੇ
ਐਸੇ ਮਸਲੇ ਖੜੇ ਹੋ ਗਏ ਜਿਹੜੇ ਸਾਡੇ ਜੀਵਨ ਵਿੱਚ ਸਮਝਣ ਲਈ ਅਤ ਜ਼ਰੂਰੀ ਸਨ। ਤਾਂ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਲਮਕਾਇਆ। ਪਹਿਲਾ ਕਿ ਜਦੋਂ ਵੀ ਇਨਕਲਾਬੀ ਸੰਘਰਸ਼ ਕਰਨਾ ਹੋਵੇ, ਉਹ ਸਵਾਲ ਸੀ ਪਿਛਲੀ ਵਾਰ, ਇਨਕਲਾਬੀ ਸੰਘਰਸ਼ ਵਾਸਤੇ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ ਜਿਹੜੀਆਂ ਆਰੰਭ ਵਿੱਚ ਕਰ ਦਿੱਤੀਆਂ ਇਸ ਸ਼ਬਦ। ਇੱਕ ਤਾਂ ਕਾਫਲੇ ਦੀ ਲੋੜ ਹੁੰਦੀ ਹੈ, ਸਾਥੀਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜਦੋਂ ਪਹਿਲਾਦ ਨੇ ਸੰਘਰਸ਼ ਸ਼ੁਰੂ ਕੀਤਾ, ਉਦੋਂ ਪਹਿਲਾਂ ਕਾਫਲਾ ਬਣਾਇਆ, ਪਹਿਲਾਦ ਪਠਾਏ ਪਰ ਇਨਸਾਰ ਅਗਲੀ ਲਾਈਨ, ਸੰਗ ਸਖਾ ਬੋਲੀਏ ਬਾਲ, ਕਾਫਲਾ ਇਕੱਠਾ ਕੀਤਾ। ਬਲਕਿ ਵਿਰੋਧੀਆਂ ਨੇ ਵੀ ਇਸ ਗੱਲ ਨੂੰ ਤਸਲੀਮ ਕੀਤਾ ਕਿ ਪਹਿਲਾਦ ਆਪ ਵਿਗੜਿਆ, ਸਭ ਚਾਕੜੇ ਵਿਗਾੜੇ, ਆਇਆ ਸੀ ਪੜ੍ਹਨ ਵਾਸਤੇ, ਆਪ ਤਾਂ ਬਦਲਿਆ ਸੀ, ਰਾਹ ਛੱਡਿਆ ਸੀ ਪੜ੍ਹਨ ਦਾ, ਇਹਨੇ ਬਾਕੀ ਦੇ ਸਿੱਖਿਆਰਥੀ ਜਿਹੜੇ ਵਿਦਿਆਰਥੀ ਸਨ ਉਹਨਾਂ ਨੂੰ ਵੀ ਵਿਗਾੜ ਦਿੱਤਾ, ਭਾਵੇਂ ਇਹਨੇ ਆਪਣਾ ਕਾਫਲਾ ਬਣਾਇਆ। ਹਮਰਾ ਕਹਿਆ ਨਾ ਸੁਣੇ ਕਾਫਲਾ ਬਣਾਉਣਾ, ਉਹ ਪਹਿਲਾਦ ਨੇ ਇਨਕਲਾਬੀ ਰਸਤਾ ਅਖਤਿਆਰ ਕਰਨ ਦਾ ਜਿਹੜਾ ਪਹਿਲਾ ਮੁੱਢਲਾ ਕੰਮ ਹੈ, ਜ਼ਰੂਰਤ ਹੈ, ਉਹ ਅਖਤਿਆਰ ਕੀਤੀ, ਕਾਫਲਾ ਬਣਾਇਆ। ਕਿਉਂਕਿ ਮੈਂ ਇਹ ਟੌਪਿਕ ਕਿਉਂ ਲੈ ਰਿਹਾ ਇਸ ਰੂਪ ਵਿੱਚ, ਕਿਉਂਕਿ ਸਾਡੇ ਸਾਹਮਣੇ ਵੀ ਜੀਵਨ ਦੇ ਸੰਘਰਸ਼ ਚੱਲ ਰਹੇ ਨੇ, ਅਤੇ ਇਸ ਸੰਘਰਸ਼ ਵਿੱਚੋਂ ਸਾਨੂੰ ਕੁਝ ਸੇਧ ਮਿਲ ਰਹੀ ਹੈ। ਪਹਿਲੀ ਇਹ ਕਿ ਜੀਵਨ ਦਾ ਸੰਘਰਸ਼ ਕੋਈ ਕਰਨਾ ਹੋਵੇ ਉਹਦੇ ਲਈ ਕਾਫਲੇ ਦੀ ਲੋੜ ਹੈ, ਜਿੱਥੇ ਕਾਫਲੇ ਬਿਖਰ ਜਾਂਦੇ ਨੇ ਉੱਥੇ ਸੰਘਰਸ਼ ਬਿਖਰ ਜਾਂਦੇ ਨੇ। ਸੰਗ ਸਖਾ ਬੋਲੀਏ ਬਾਤ। ਦੂਜੀ ਕਿ ਦ੍ਰਿੜਤਾ ਨਾਲ ਕੋਈ ਫੈਸਲਾ ਕਰੇ, ਜਦੋਂ ਫੈਸਲਾ ਕਰਨ ਲੱਗੇ ਉਦੋਂ ਸੋਚ ਲਈ, ਪਰ ਜਦੋਂ ਕਰ ਲੈ, ਸੰਘਰਸ਼ ਦਾ ਇਸ਼ੂ ਕੀ ਹੈ, ਉਦੋਂ ਇੰਨੀ ਦ੍ਰਿੜਤਾ ਵਿੱਚ ਤੇਰੇ ਵਿੱਚ ਹੋਵੇ ਕਿ ਫਿਰ ਤੂੰ ਕਦਮ ਕਦਮ 'ਤੇ ਡੋਲੇ ਨਾ, ਰੁਕਾਵਟਾਂ ਤਾਂ ਖੜੀਆਂ ਹੋਣਗੀਆਂ ਹਰ ਸੰਘਰਸ਼ ਵਿੱਚ ਆਉਣਗੀਆਂ, ਉਦੋਂ ਪ੍ਰਹਿਲਾਦ ਦੇ ਸਾਹਮਣੇ ਹੋਈਆਂ, ਅੱਜ ਸਾਡੇ ਸਾਹਮਣੇ ਆਉਣਗੀਆਂ। ਪਰ ਇੱਕ ਖਿਆਲ ਕਰੀ, ਇਸ ਸ਼ਬਦ ਵਿੱਚੋਂ ਜਿਹੜੀ ਦੂਜੀ ਪ੍ਰੇਰਨਾ ਸ਼ਕਤੀ ਮਿਲਦੀ ਹੈ ਉਹ ਇਹ ਕਿ ਤੇਰੇ ਵਿੱਚ ਆਪਣੇ ਆਸ਼ੇ ਪ੍ਰਤੀ ਦ੍ਰਿੜਤਾ ਹੋਵੇ। ਹੁਣ ਦ੍ਰਿੜਤਾ ਵੀ ਕਿੱਡੀ ਜ਼ਿਆਦਾ ਹੈ, ਮੁਕਾਬਲਾ ਹੀ ਇੱਥੋਂ ਸ਼ੁਰੂ ਹੋਇਆ। ਮੁਕਾਬਲਾ ਕੀ ਹੈ ਕਿ ਪ੍ਰਹਿਲਾਦ ਆਖ ਰਿਹਾ ਨਹੀਂ ਛੋਟੋ ਨੇ ਬਾਬਾ ਰਾਮ ਨਾਮ, ਵਿਰੋਧੀ ਸ਼ਬਦ ਨੇ ਦੋਨੋਂ ਲਫ਼ਜ਼, ਨਹੀਂ ਛੋਟੋ ਨੇ ਬਾਬਾ ਰਾਮ ਨਾਮ, ਮੇਰੇ ਔਰ ਪੜ੍ਹਨ ਸਿਓ ਨਹੀਂ ਕੰਮ। ਤੇ ਵਿਰੋਧੀ ਇਹ ਗੱਲ ਆਖ ਰਿਹਾ ਤੂੰ ਰਾਮ ਕਹਿਣ ਕੀ ਛੋਟ ਬਾਣ, ਦੋਨੋਂ ਪਾਸੇ ਲਫ਼ਜ਼ ਛੋਟਣ ਦਾ, ਉੱਥੇ ਕਹਿੰਦਾ ਨਹੀਂ ਛੱਡਾਂਗਾ, ਉਹ ਕਹਿੰਦਾ ਛੱਡ ਦੇ। ਹੁਣ ਦੇਖੋ ਵਿਰੋਧ ਤਕੜਾ ਹੋ ਗਿਆ, ਸੰਘਰਸ਼ ਤਾਂ ਸ਼ੁਰੂ ਹੁੰਦਾ ਹੀ ਵਿਰੋਧ ਨਾਲ ਹੈ, ਜਿੱਥੇ ਵਿਰੋਧ ਕੋਈ ਨਹੀਂ ਉੱਥੇ ਸੰਘਰਸ਼ ਕੋਈ ਨਹੀਂ। ਵਿਚਾਰਧਾਰਾ ਦਾ ਟਕਰਾਓ ਜਿਹੜਾ ਉਹਦੇ ਵਿੱਚੋਂ ਸੰਘਰਸ਼ ਪੈਦਾ ਹੁੰਦਾ। ਹੁਣ ਪ੍ਰਹਿਲਾਦ ਆਖਦਾ ਮੈਂ ਛੱਡ ਨਹੀਂ ਸਕਦਾ, ਤੇ ਉਸਤਾਦ ਆਖਦਾ ਛੱਡ ਦੇ, ਤੂੰ ਰਾਮ ਕਹਿਣ ਕੀ ਛੋੜ ਬਾਣ, ਇੱਥੋਂ ਇਹ ਸੰਘਰਸ਼ ਸ਼ੁਰੂ ਹੋਇਆ। ਹੁਣ ਆਪਾਂ ਅਗਲੀਆਂ ਲਾਈਨਾਂ 'ਤੇ ਪੁੱਜੀਏ, ਪਿਛਲੀ ਵਾਰ ਆਪਾਂ ਇੱਥੇ ਸਮਾਪਤ ਕੀਤਾ ਸੀ। ਜਵਾਬ ਕੀ ਸੀ?
ਭਾਈ ਗੁਰਦਾਸ ਜੀ ਨੇ ਇਸ ਇਤਿਹਾਸ ਨੂੰ, ਇਸ ਕਹਾਣੀ ਨੂੰ ਆਪਣੀ ਰਸਨਾ ਤੋਂ ਅੰਕਿਤ ਕੀਤਾ। ਉਹਦੇ ਵਿੱਚ ਇੱਕ ਲਫ਼ਜ਼ ਵਰਤੇ ਨੇ, ਉਹ ਅੱਜ ਦੇ ਸ਼ਬਦ ਦੀ ਇਸ ਲਾਈਨ ਨਾਲ ਸੰਬੰਧਿਤ ਨੇ। ਉਹ ਇਹ ਨੇ ਕਿ ਘਰ ਹਰ ਨਾਕਿਸ਼ ਦੈਨ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਹਰ ਨਾਕਿਸ਼ ਦੇ ਘਰ ਪ੍ਰਹਿਲਾਦ ਦਾ ਪੈਦਾ ਹੋਣਾ, ਪ੍ਰਹਿਲਾਦ ਦਾ ਜਨਮ ਲੈਣਾ, ਇਉਂ ਹੀ ਸੀ ਮਨ ਨੂੰ ਕੱਲਰ ਦੀ ਧਰਤੀ ਵਿੱਚ ਕਮਲ ਫੁੱਲ ਪੈਦਾ ਹੋ ਗਿਆ। ਘਰ ਹਰ ਨਾਕਿਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ 60 ਸਾਲ ਸਮੇਂ ਨਾਲ ਪੜ੍ਹਨ ਵਾਸਤੇ ਭੇਜਿਆ। ਮੈਂ ਵਿਸਥਾਰ ਵਿੱਚ ਨਹੀਂ, ਸਿਰਫ ਉਹਨਾਂ ਪੁਆਇੰਟਾਂ ਤੇ ਖੜੋਣਾ ਚਾਹੁੰਦਾ। ਪਠਾਇਆ 60 ਸਾਲ ਪਾਦੇ ਚਿੱਤ ਹੋਵਾ ਐਲਾਦ, ਪਾਦਾ ਉਸਤਾਦ ਬੜਾ ਖੁਸ਼ ਹੋਇਆ ਮੇਰੀ ਪਾਠਸ਼ਾਲਾ ਵਿੱਚ, ਮੇਰੇ ਸਕੂਲ ਵਿੱਚ ਰਾਜੇ ਦਾ ਪੁੱਤਰ ਪੜ੍ਹਨ ਆਇਆ। ਪੜ੍ਹਨ ਪਠਾਇਆ 60 ਸਾਲ ਪਾਦੇ ਚਿੱਤ ਹੋਵਾ ਐਲਾਦ, ਪਰ ਕੁਝ ਦਿਨ ਬਾਅਦ ਕੀ ਵੇਖਿਆ, ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਹਦ ਨਾਲ। ਇਹ ਤਾਂ ਪੜ੍ਹਾਈ ਨਹੀਂ ਕਰਦਾ ਬਲਕਿ ਬੈਠਾ ਰਾਮ 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 ਕਰਦਾ ਰਹਿੰਦਾ, ਉਹਦੇ ਗੀਤ ਗਾਉਂਦਾ। ਤੇ ਬੜੀ ਅਜੀਬ ਗੱਲ ਹੈ, ਇਕੱਲਾ ਨਹੀਂ, ਜਦੋਂ ਦਾ ਇਹ ਆਇਆ ਸਾਰੇ ਸਕੂਲ ਦੀ ਕਲਾਸ ਦੇ ਜਿੰਨੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਖਤਮ, ਜਿਹੜੀ ਮੈਂ ਪੜ੍ਹਾਉਣਾ ਚਾਹੁੰਦਾ, ਜੋ ਸਬਜੈਕਟ ਮੈਂ ਪੜ੍ਹਾਉਣਾ ਚਾਹੁੰਦਾ ਉਹ ਪੜ੍ਹਦੇ ਨਹੀਂ, ਸਾਰੇ ਛੱਡ ਬੈਠੇ ਨੇ। ਲੱਗੇ ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਹਦ ਭਗਤ ਕਰਨ, ਸਭ ਚੱਟ ਗਏ, ਚੱਟੜੇ ਤੋਂ ਭਾਵ ਵਿਦਿਆਰਥੀ ਸਾਰੀ ਭਗਤੀ ਵਿੱਚ ਲੱਗ ਪੈਣ, ਭਗਤ ਕਰਨ ਸਭ ਚੱਟੜੇ ਪਾਦੇ ਹੋਏ ਰਹੇ ਬਿਸਮਾਦ, ਹੈਰਾਨ ਹੋ ਗਏ ਇਹ ਕਿਹੜੇ ਰਾਹ ਤੁਰ ਪਏ। ਹੁਣ ਆਪਣੇ ਬਚਾਓ ਲਈ ਪਾਦਾ, ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਘੱਟ ਗਈਆਂ ਨੇ। ਸੱਚ ਨੂੰ ਪਛਾਣਨ ਦੀ ਬਜਾਏ ਜਿਹਦੇ ਕੋਲ ਡਰਦਾ ਹੈ ਉਹਦੇ ਕੋਲ ਆਪ ਸ਼ਿਕਾਇਤੀ ਹੋ ਕੇ ਜਾਂਦਾ, ਤੇ ਮੈਨੂੰ ਸਜ਼ਾ ਨਾ ਦੇ ਗਈ। ਰਾਜੇ ਪਾਸ ਰੋਆਇਆ, ਰਾਜੇ ਦੇ ਕੋਲ ਸਾਹਮਣੇ ਜਾ ਕੇ ਰੋ ਪਿਆ, ਹਰ ਨਾਕਿਸ਼ ਦੇ ਸਾਹਮਣੇ ਰੋ ਪਿਆ, ਰਾਜਨ ਮੇਰਾ ਕੋਈ ਗੁਨਾਹ ਨਹੀਂ, ਮੇਰੇ ਵੱਸ ਦੀ ਗੱਲ, ਮੈਂ ਬੜੀ ਕੋਸ਼ਿਸ਼ ਕੀਤੀ ਹੈ ਇਹ ਇਸ ਰਾਹੋਂ ਹਟ ਜਾਏ ਪਰ ਹਟਦਾ ਨਹੀਂ, ਕਲਾ ਦਾ ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਹਮਰਾ ਕਹਿਆ ਨਾ ਸੁਣੀ, ਮੇਰੀ ਗੱਲ ਨਹੀਂ ਸੁਣਦਾ, ਹਮਰਾ ਕਹਿਆ ਨਾ ਸੁਣੀ, ਆਪਣੇ ਕਾਰਜ ਸਵਾਰੇ ਵਿਸ਼ਵਾਸ ਵਿੱਚ ਕਿੱਡਾ ਪ੍ਰਪੱਕ ਹੋਣਾ, ਇਹ ਸਾਰਾ ਕੁਝ ਕਹਾਣੀ ਸਾਨੂੰ ਇਸ ਕਹਾਣੀ ਵਿੱਚੋਂ ਮਿਲਦੀ ਅੰਸ਼ ਮਿਲਦੇ। ਰਾਜੇ ਪਾਸ ਰੋਆਇਆ, ਦੁਖੀ ਦੈਂਤ ਵਧਾਇਆ ਬਾਤ। ਹੁਣ ਅਗਲੇ ਪਾਸੇ ਜਿਹੜੀ ਆਹ ਤੁਕ ਆਈ ਹੈ ਨਾ, ਉਹਦੇ ਨਾਲ ਗੁਰਬਾਣੀ ਦੀ ਸ਼ਬਦ ਦੀ ਇਸ ਲਾਈਨ ਨੂੰ ਜੋੜਨਾ ਜ਼ਰੂਰੀ ਸੀ। ਕਹਿੰਦੇ ਜਲ ਅਗਨੀ ਵਿੱਚ ਗੱਤੇ ਆ, ਰਾਜੇ ਕੋਲ ਜਿਹੜੇ ਸਾਧਨ ਆ ਦੇਖਣਾ, ਜੇ ਸੰਘਰਸ਼ ਕਰਨ ਵਾਲਾ ਇਹ ਸੋਚ ਕੇ ਸੰਘਰਸ਼ ਲਈ ਤੁਰੇ ਕਿ ਮੈਂ ਕਿਹਦੇ ਨਾਲ ਕਰ ਰਿਹਾ, ਤੇ ਉਹ ਇੰਨਾ ਮਜ਼ਬੂਤੀ ਨਾਲ ਕਦਮ ਅੱਗੇ ਵਧਾਏ ਤੇ ਤਾਂ ਹੀ ਸਫਲਤਾ ਮਿਲਦੀ ਹੈ, ਇਹ ਅੰਸ਼ ਵੀ ਇਸ ਕਹਾਣੀ ਵਿੱਚੋਂ ਮਿਲਦਾ ਹੈ। ਗੁਰੂ ਨਾਨਕ
ਬਾਬਰ ਦੇ ਸਾਹਮਣੇ ਜ਼ਾਹਿਰ ਆਖਦੇ ਨੇ। ਗੁਰੂ ਨਾਨਕ ਨੂੰ ਪਤਾ ਨਹੀਂ ਉਹ ਬਾਦਸ਼ਾਹ ਹੈ, ਪਤਾ ਨਹੀਂ, ਪਰ ਜਿਨ੍ਹਾਂ ਦਾ ਆਪਣਾ ਕੋਈ ਵਿਸ਼ਵਾਸ, ਜਿਨ੍ਹਾਂ ਦੀ ਆਪਣੀ ਕੋਈ ਸੇਧ ਹੁੰਦੀ ਹੈ, ਉਹ ਕਦੇ ਕਿਸੇ ਕੋਲੋਂ ਡਰਦੇ ਨਹੀਂ। ਇੱਥੇ ਡਰ ਖਤਮ ਕਰਨ ਦਾ ਇੱਕ ਅੰਸ਼ ਹੈ। ਡਰਨ ਵਾਲਾ ਮਨੁੱਖ ਜਿਹੜਾ ਕਦੇ ਅੱਗੇ ਨਹੀਂ ਵੱਧ ਸਕਦਾ। ਨਿਰਭੈ ਹੋਣਾ ਸਿੱਖ ਲਈ ਵੀ, ਭਗਤ ਲਈ ਵੀ, ਜਿੰਨੇ ਵੀ ਜੀਵਨ ਦਾ ਸੰਘਰਸ਼ ਕਰਨਾ ਹੈ ਉਹਦਾ ਨਿਰਭੈ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਰੱਬ ਦਾ ਵੀ ਇੱਕ ਗੁਣ ਹੈ, ਵੱਡਾ ਗੁਣ ਹੈ ਕਿ ਉਹ ਨਿਰਭਉ ਹੈ। ਕਿਉਂਕਿ ਨਿਰਭਉ ਨਾ ਹੋਵੇ ਤੇ ਨਿਰਵੈਰ ਨਹੀਂ ਹੋ ਸਕਦਾ। ਇੱਕ ਹੋਰ ਗੱਲ ਅਰਜ਼ ਕਰਾਂ, ਮੈਂ ਇੱਕ ਵਾਰ ਕੀਤੀ ਸੀ ਕਿ ਮਨੁੱਖ ਡਰਦਾ ਕਿਹਦੇ ਕੋਲੋਂ ਹੈ, ਖਤਰਾ ਕਿਹਦੇ ਕੋਲੋਂ ਹੈ। ਬੜੀ ਸੋਹਣੀ ਗੱਲ ਕਿਸੇ ਨੇ ਆਖੀ ਵੀ ਤੈਨੂੰ ਖਤਰਾ ਕਿਹਦੇ ਕੋਲੋਂ ਹੈ, ਕਹਿੰਦਾ ਮੈਨੂੰ ਖਤਰਾ ਉਹਦੇ ਕੋਲੋਂ ਹੈ ਜਿਹੜਾ ਮੇਰੇ ਕੋਲੋਂ ਡਰ ਰਿਹਾ ਹੈ। ਚੰਗਾ ਅਜੀਬ ਜਵਾਬ ਹੈ, ਜਿਹੜਾ ਤੇਰੇ ਕੋਲੋਂ ਪਹਿਲਾਂ ਹੀ ਪਿਆ ਡਰਦਾ ਹੈ ਉਹਦੇ ਕੋਲੋਂ ਤੈਨੂੰ ਕੀ ਖਤਰਾ ਹੈ, ਉਹ ਤਾਂ ਡਰਾ ਕਰਦਾ ਤੇਰੇ ਕੋਲ ਕੰਮ ਰਿਹਾ ਹੈ। ਉਹ ਕਹਿੰਦਾ ਨਹੀਂ, ਮੈਨੂੰ ਉਹਦੇ ਕੋਲੋਂ ਤਾਂ ਖਤਰਾ ਹੈ ਕਿਉਂਕਿ ਜਿਹਨੂੰ ਡਰ ਹੈ ਨਾ ਹਿਰਦੇ ਵਿੱਚ ਉਹ ਮੇਰੇ ਲਈ ਖਤਰਾ ਬਣੇਗਾ। ਆਪਣਾ ਡਰ ਮਿਟਾਉਣ ਲਈ ਵੀ ਇਹ ਖਤਮ ਹੋਵੇ ਤਾਂ ਮੇਰਾ ਡਰ ਮਿਟੇ। ਇਸ ਲਈ ਖਿਆਲ ਕਰਿਓ, ਜਿੰਨੀ ਦੇਰ ਨਿਰਭਉ ਨਾ ਹੋਵੇ ਓਨੀ ਦੇਰ ਨਿਰਵੈਰ ਨਹੀਂ ਹੁੰਦਾ। ਜਿਹਨੂੰ ਭੈ ਉਹ ਤੇ ਅੰਦਰੋਂ ਪੈ ਰਹੀ, ਉਹ ਕਹਿੰਦਾ ਇਹਨੂੰ ਖਤਮ ਕਰੋ ਤਾਂ ਕਿ ਮੇਰਾ ਭੈ ਖਤਮ ਹੋਵੇ। ਜਿਹੜਾ ਕਿਸੇ ਕੋਲੋਂ ਡਰ ਰਿਹਾ ਨਾ ਉਹ ਉਹਦਾ ਸਭ ਤੋਂ ਵੱਡਾ ਦੁਸ਼ਮਣ ਹੈ, ਕਿਉਂਕਿ ਉਹਦੇ ਮਨ ਦੀ ਇੱਕ ਲਾਲਸਾ ਹੈ ਕਿ ਮੈਂ ਆਪਣਾ ਭੈ, ਆਪਣਾ ਡਰ ਖਤਮ ਕਰਨ ਲਈ ਇਹਨੂੰ ਖਤਮ ਕਰਾਂ, ਨਹੀਂ ਤੇ ਮੇਰੀ ਤੇ ਮੇਰੀ ਤਾਂ ਨੀਂਦ ਖਰਾਬ ਹੋ ਜਾਏਗੀ, ਕਦੇ ਵੀ ਨਹੀਂ ਸੌ ਸਕਾਂਗਾ ਚੈਨ ਨਾਲ। ਇਸ ਲਈ ਰੱਬ ਨਿਰਭਉ ਪਹਿਲਾਂ ਹੈ, ਨਿਰਵੈਰ ਬਾਅਦ ਵਿੱਚ ਹੈ। ਪਰ ਉਹ ਪੜ੍ਹਨੇ ਆ ਨਿਰਭਉ ਨਿਰਵੈਰ, ਨਿਰਵੈਰ ਹੋਣ ਲਈ ਨਿਰਭਉ ਹੋਣਾ ਜ਼ਰੂਰੀ ਹੈ। ਹੁਣ ਨਿਰਭਉ ਨਿਰਵੈਰ ਦੇ ਕੋਲ ਪਹੁੰਚਣ ਲਈ ਭਾਵੇਂ ਗੁਰੂ ਨਾਨਕ ਹੈ ਸੰਬੰਧ ਰੱਖਦਾ, ਭਾਵੇਂ ਗੁਰੂ ਅਰਜਨ ਸਾਹਿਬ ਨੇ ਜਿਹੜੇ ਜਹਾਂਗੀਰ ਦੇ ਸਾਹਮਣੇ ਖਲੋਤੇ ਨੇ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੇ ਔਰੰਗਜ਼ੇਬ ਦੇ ਸਾਹਮਣੇ ਖਲੋਤੇ ਨੇ, ਪਰ ਖਿਆਲ ਕਰਿਓ ਭਾਵੇਂ ਛੋਟੇ ਛੋਟੇ ਬਿਲਕੁਲ ਉਸ ਪ੍ਰਹਿਲਾਦ ਦੀ ਉਮਰ ਦੇ ਸਾਹਿਬਜ਼ਾਦੇ ਨੇ ਜਿਹੜੇ ਵਜੀਦੇ ਦੇ ਸਾਹਮਣੇ ਖਲੋਤੇ ਨੇ, ਖਲੋਤੇ ਤਾਂ ਨਿਰਭਉ ਹੋ ਕੇ ਹੀ ਨੇ। ਜੇ ਨਿਰਭਉ ਹੋ ਕੇ ਨਾ ਖਲੋਣ ਤਾਂ ਕਦੀ ਵੀ ਸੰਘਰਸ਼ ਸਫਲ ਨਹੀਂ ਹੁੰਦੇ। ਮੈਂ ਇਸ ਲਈ ਸ਼ਬਦ ਨੂੰ ਰੋਕ ਕੇ ਪੜ੍ਹਨਾ ਚਾਹੁੰਦਾ ਸੀ ਕਿਉਂਕਿ ਇਹ ਸ਼ਬਦ ਇੱਕ ਕਹਾਣੀ ਨਹੀਂ, ਇਹਦੇ ਵਿੱਚ ਬਹੁਤ ਸਾਰੇ ਐਸੇ ਪੁਆਇੰਟ ਨੇ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਇੱਥੇ ਉਹਦੀ ਨਿਰਭੈਤਾ ਹੈ, ਨਿਰਭੈਤਾ ਹੈ ਕਿ ਬਾਦਸ਼ਾਹ ਭਾਵੇਂ ਪਿਤਾ ਹੈ ਪਰ ਬਾਦਸ਼ਾਹ ਰਾਜਾ ਹੈ, ਉਹਦੇ ਕੋਲ ਸਾਰੀ ਸ਼ਕਤੀ ਹੈ, ਉਹਨੇ ਨਾ ਟੱਕਰ ਲੈਣੀ, ਉਹਨੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣ ਦਾ ਹੱਕ ਵੀ ਉਹਦੇ ਕੋਲ, ਸਾਧਨ ਵੀ ਉਹਦੇ ਕੋਲ, ਸ਼ਕਤੀ ਵੀ ਉਹਦੇ ਕੋਲ। ਪਰ ਸਭ ਨੇ ਇਸੇ ਲਈ ਕਹਿ ਦਿੱਤਾ, ਕਹਿਣ ਲੱਗੇ ਜਲ ਅਗਨੀ ਵਿੱਚ ਗੱਤਿਆ, ਉਹਨੇ ਆਖਿਆ ਦਰਿਆ ਵਿੱਚ ਰੋਟੇ, ਉਹਨੇ ਆਖਿਆ ਹੋਲਕਾ ਦਾ ਇਤਿਹਾਸ ਅਸੀਂ ਸਾਥੀਆਂ ਦੀ ਪੜ੍ਹਨੇ ਤੇ ਪ੍ਰਹਲਾਦ ਦੀ ਭੂਆ ਸੀ, ਚਲੋ ਖੈਰ ਮੈਂ ਉਸ ਵਿਸਤਾਰ ਵਿੱਚ ਨਾ ਜਾਵਾਂ। ਉਹਨੂੰ ਅੱਗ ਨਹੀਂ ਸੀ ਜਲਾ ਸਕਦੀ, ਉਹ ਗੋਦਰੀ ਚ ਲੈ ਕੇ ਬਹਿ ਗਈ, ਮੈਂ ਬਚ ਜਾਵਾਂਗੀ ਇਹ ਜਲ ਜਾਵੇਗਾ, ਅੱਗ ਵਿੱਚ ਜਲਾ ਦੇ। ਪਰ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਜਲ ਅਗਨੀ ਵਿੱਚ ਗੱਤਿਆ, ਜਲੇ ਨਾ ਡੂਬੇ, ਜਲੇ ਨਾ ਡੂਬੇ ਗੁਰ ਪ੍ਰਸਾਦ। ਇੱਥੇ ਫਿਰ
ਇੱਥੇ ਲਫ਼ਜ਼ ਗੁਰਪ੍ਰਸਾਦ ਆ ਗਿਆ। ਉਹਨੂੰ ਅੱਗ ਵਿੱਚ ਵੀ ਪਾਇਆ, ਜਲ ਵਿੱਚ ਵੀ ਡੋਬਣ ਦੀ ਕੋਸ਼ਿਸ਼ ਕੀਤੀ, ਨਾ ਉਹਨੂੰ ਪਾਣੀ ਡੋਬ ਸਕਿਆ ਨਾ ਉਹਨੂੰ ਅੱਗ ਜਲਾ ਸਕੀ। ਤੇ ਇਹ ਸਭ ਕੁਝ ਕਿਉਂ ਹੋਇਆ? ਕਿਉਂਕਿ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਹੁਣ ਇੱਥੇ ਰੁਕਣਾ, ਭਾਈ ਸਾਹਿਬ ਨੇ ਵੀ ਲਫ਼ਜ਼ ਲਿਖ ਦਿੱਤੇ ਨੇ ਗੁਰਪ੍ਰਸਾਦ, ਤੇ ਇਸ ਸ਼ਬਦ ਦੀਆਂ ਇਹਨਾਂ ਲਾਈਨਾਂ ਵਿੱਚ ਜਿਹੜਾ ਉਹਨੇ ਆਪਣੇ ਉਸਤਾਦ ਨੂੰ ਜਵਾਬ ਦਿੱਤਾ ਹੈ, ਉਹਦੇ ਵਿੱਚ ਵੀ ਲਫ਼ਜ਼ ਉਹਨੇ ਮਾਰਨਾ ਚਾਹੁੰਦੇ ਹੋ, ਮੈਨੂੰ ਪਾਣੀ ਵਿੱਚ ਡੋਬ ਕੇ ਮਾਰਨਾ ਚਾਹੁੰਦੇ ਹੋ, ਮੈਨੂੰ ਅੱਗ ਵਿੱਚ ਜਲਾ ਕੇ ਮਾਰਨਾ ਚਾਹੁੰਦੇ ਹੋ, ਪਰ ਭਰਿਓ ਮੈਂ ਤਾਂ ਇਹ ਸੋਚਣਾ ਹੈ ਸਾਰੀਆਂ ਚੀਜ਼ਾਂ ਤੁਸੀਂ ਥੋੜ੍ਹਾ ਬਣਾਈਆਂ ਨੇ, ਇਹ ਤੁਹਾਡੀਆਂ ਬਣਾਈਆਂ, ਇਹ ਅੱਗ ਤੁਸੀਂ ਬਣਾਈ, ਇਹ ਪਾਣੀ ਜਿਹੜਾ ਦਰਿਆਵਾਂ ਵਿੱਚ ਵਗ ਰਿਹਾ ਹੈ, ਜਿਹਦੀਆਂ ਲਹਿਰਾਂ ਤੋਂ ਲੋਕ ਡਰਦੇ ਕਦਮ ਨਹੀਂ ਰੱਖਦੇ, ਉਹ ਪਾਣੀ ਕੋਈ ਤੁਸੀਂ ਬਣਾਇਆ? ਕੀ ਇਹ ਪਹਾੜ ਕੋਈ ਤੁਸੀਂ ਬਣਾਏ ਨੇ? ਤੇ ਫਿਰ ਜੇ ਇਹਨਾਂ ਤੇ ਤੁਹਾਡਾ ਕੋਈ ਹੱਕ ਨਹੀਂ, ਹਕੂਮਤ ਨਹੀਂ, ਇਹ ਕਿਸੇ ਹੋਰ ਦੀ ਕਿਰਤ ਨੇ, ਕਿਸੇ ਹੋਰ ਦੇ ਬਣਾਏ ਹੋਏ ਨੇ, ਤੇ ਉਹਦਾ ਮੈਂ ਮੇਰਾ ਸੰਬੰਧ ਵੀ ਤਾਂ ਉਸੇ ਨਾਲ, ਉਹਦੀ ਮਰਜ਼ੀ ਬਿਨਾਂ ਨਾ ਮੈਨੂੰ ਪਹਾੜ ਮਾਰ ਸਕਦਾ, ਨਾ ਮੈਨੂੰ ਪਾਣੀ ਡੋਬ ਸਕਦਾ, ਨਾ ਮੈਨੂੰ ਅੱਗ ਜਲਾ ਸਕਦੀ ਹੈ, ਮੈਂ ਕਿਉਂ ਡਰਾਂ? ਮੇਰਾ ਤਾਂ ਸੰਬੰਧ ਉਹਦੇ ਨਾਲ ਹੈ ਜਿਹਨੇ ਸਭ ਕੁਝ ਬਣਾਇਆ। ਤੁਹਾਨੂੰ ਵਰਤਣ ਦਾ ਤਰੀਕਾ ਨਹੀਂ ਆ ਰਿਹਾ, ਬਣਾਉਣ ਵਾਲਾ ਕੋਈ ਹੋਰ ਹੈ। ਕਹਿਣ ਲੱਗੇ ਸਮਝਾਈ ਕਿਵੇਂ ਹੈ? ਲਓ ਇੱਥੋਂ ਗੁਰੂ ਦਾ ਸਬਦ, ਗੁਰੂ ਦਾ ਮਤਲਬ ਹੀ ਸਮਝਾਉਣਾ ਹੈ। ਭੋਲਾ ਮਨ ਸਮਝੈ ਗੁਰ ਸ਼ਬਦੀ, ਗੁਰੂ ਦਾ ਸਿੱਖ ਨਾਲ ਰਿਸ਼ਤਾ ਹੀ ਇਹ ਹੋਇਆ ਕਿ ਗੁਰੂ ਸਮਝਾਵੇ ਤੇ ਸਿੱਖ ਸਮਝੇ। ਇੱਥੇ ਹੁਣ ਭਾਈ ਗੁਰਦਾਸ ਦੇ ਲਫ਼ਜ਼ਾਂ ਤੋਂ ਬਾਅਦ ਪ੍ਰਹਿਲਾਦ ਨੇ ਵੀ ਇੱਕ ਲਫ਼ਜ਼ ਵਰਤ ਦਿੱਤਾ, ਕਹਿਣ ਲੱਗੇ ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਹੈ, ਤੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ, ਮੈਨੂੰ ਗੁਰੂ ਦੀ ਕਸਮ, ਜੇ ਤੁਹਾਡੇ ਆਖੇ ਲੱਗ ਕੇ ਮੈਂ ਇਹਨਾਂ ਚੀਜ਼ਾਂ ਇਸ ਮੌਤ ਦੇ ਜ਼ਰੀਆਂ ਤੋਂ ਡਰਦਾ ਹੋਇਆ ਉਸ ਮਾਲਕ ਦਾ ਨਾਮ ਛੱਡਦਾ ਹੋਇਆ। ਲਹਿੰਦੇ ਦੀ ਬੋਲੀ ਵਿੱਚ ਕਹਿੰਦੇ ਸਨ ਤੂੰ ਗਾਲ ਖਾ ਭਾਵ ਕਸਮ ਖਾ, ਤੈਨੂੰ ਗਾਲ ਲੱਗੇ ਜੇ ਤੂੰ ਆ, ਤੈਨੂੰ ਜੇ ਤੂੰ ਆ ਕੰਮ ਨਾ ਕਰੇ। ਗੱਲ ਦਾ ਅਰਥ ਸੀ ਕਸਮ। ਅਸੀਂ ਕਈ ਵਾਰੀ ਅਰਥ ਕਰਨੇ ਨੇ ਵੀਰ, ਇਹ ਵੀ ਕਹਿੰਦੇ ਨੇ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ, ਗੁਰੂ ਨੂੰ ਨਹੀਂ ਮੈਨੂੰ, ਮੇਰੇ ਲਈ ਗੁਰੂ ਦੀ ਗਾਲ ਹੈ, ਮੇਰੇ ਲਈ ਗੁਰੂ ਦੀ ਕਸਮ ਹੈ। ਮੈਂ ਗੁਰੂ ਦੇ ਸਾਹਮਣੇ ਵਚਨ ਕੀਤਾ, ਜੋ ਗੁਰੂ ਨੇ ਮੈਨੂੰ ਸਮਝਾਇਆ ਉਹਨੂੰ ਸਮਝਣਾ ਤੇ ਉਹਦੇ ਅਨੁਸਾਰ ਚੱਲਣਾ ਤਾਂ ਸਿੱਖੀਏ। ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰ ਕਹੇ ਸੋਈ ਪਲ ਮੰਨੋ, ਇਹ ਤਾਂ ਸਿੱਖੀਏ। ਮੰਨੋ ਮੇਰੀ ਗੁਰੂ ਨਾਲ ਇੱਕ
ਕਸਮ ਹੈ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ, ਗੁਰੂ ਦੇ ਸਾਹਮਣੇ ਸਮਰਪਣ ਹੋਣਾ, ਇਹ ਮੇਰੇ ਜੀਵਨ ਦਾ ਆਦਰਸ਼ ਹੈ। ਜੇ ਮੈਂ ਛੱਡਣਾ ਤੇ ਮੇਰੀ ਕਸਮ ਟੁੱਟਦੀ, ਮੈਨੂੰ ਗਾਲ ਲੱਗਦੀ ਹੈ। ਕਹਿਣ ਲੱਗੀ ਮੈਨੂੰ ਗੁਰੂ ਦੀ ਕਸਮ। ਜੇ ਆਪਾਂ ਕਈ ਵਾਰੀ ਕਿਸੇ ਨੂੰ ਸਪਸ਼ਟ ਕਰਨੀ ਹੋਵੇ ਨਾ ਕੋਈ ਗੱਲ, ਆਖੀ ਤਾਂ ਮੈਂ ਕਸਮ ਖਾ ਕੇ ਕਹਿਣਾ ਵੀ ਆਹ ਗੱਲ ਸੱਚ ਹੈ, ਮੈਂ ਇਹਦੇ ਤੋਂ ਨਹੀਂ ਹਟਾਂਗਾ, ਮੇਰੇ ਵਾਸਤੇ ਇਹ ਕਸਮ ਹੈ। ਇੱਕ ਗੱਲ ਹੋਰ ਵੀ ਸਪਸ਼ਟ ਕਰਨੀ ਬੱਚਿਆਂ ਨੇ, ਗਾਰ ਲਫ਼ਜ਼ ਜਿਹੜਾ ਉਹ ਦੋ ਚੀਜ਼ਾਂ ਨਾਲ ਸੰਬੰਧਿਤ ਕੀਤਾ ਇਸ ਸ਼ਬਦ ਅੰਦਰ। ਪਹਿਲਾ ਦੀ ਕਹਾਣੀ ਗੁਰਬਾਣੀ ਹੈ, ਇੱਕ ਥਾਂ ਤੇ ਇਹ ਹੈ, ਜੇ ਹਾਰ ਛੋਡੋ ਇੱਥੇ ਲਫ਼ਜ਼ ਗੁਰੂ ਹੈ। ਦੇਖਣਾ ਇਹ ਹੈ, ਮੈਂ ਪਿਛਲੇ ਦਿਨ ਸੱਚ ਕੀਤੀ ਸੀ, ਜੇ ਕੁੱਲ ਦਾ ਮਸਲਾ ਸਾਡੇ ਨਿਯਮਾਂ ਮੁਤਾਬਕ ਹੋਵੇ ਤਾਂ ਪ੍ਰਹਿਲਾਦ ਦੀ ਕੁੱਲ ਤਾਂ ਜੁੜਦੀ ਗਈ ਹੈ, ਨਾ ਕਿਸ਼ਨਾ ਸਾਡੇ ਖਿਆਲਾਂ ਮੁਤਾਬਕ, ਸਾਡੇ ਸਮਾਜਿਕ ਨਿਯਮਾਂ ਮੁਤਾਬਕ, ਕਿਉਂਕਿ ਉਹ ਹਰਨਾਕਿਸ਼ ਦਾ ਪੁੱਤਰ ਹੈ, ਉਹਦੀ ਕੁੱਲ ਵਿੱਚੋਂ ਹੈ, ਫਿਰ ਤਾਂ ਕੁੱਲ ਉਹਦੇ ਨਾਲ ਜੁੜਦੀ ਹੈ। ਪਰ ਇਸ ਸ਼ਬਦ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਗੱਲ ਬਾਰ ਬਾਰ ਦੁਹਰਾਈ ਹੈ ਕਿ ਸਿੱਖ ਦੀ ਕੁੱਲ ਜਿਹੜੀ ਹੈ ਉਹ ਗੁਰੂ ਹੈ। ਸਤਿਗੁਰੂ ਹੀ ਮੇਰਾ ਸਭ ਕੁਛ, ਮੇਰੀ ਹੋਰ ਕੋਈ ਕੁੱਲ ਨਹੀਂ। ਬਲਕਿ ਮੈਂ ਇੱਕ ਵਾਰ ਸ਼ਬਦ ਪੜ੍ਹਿਆ ਸੀ, ਸਾਹਮਣੇ ਆਇਆ ਸੀ ਕਿ ਜਦੋਂ ਸਿੱਖ ਦੇ ਘਰ ਕੋਈ ਬੱਚਾ ਜਨਮ ਲੈਂਦਾ ਨਾ, ਰੱਬ ਨਾਲ ਗੁਰੂ ਨਾਲ ਜੁੜੇ ਹੋਏ ਮਨੁੱਖ ਦੇ ਘਰ ਜਦੋਂ ਕੋਈ ਬੱਚਾ ਜਨਮ ਲੈਂਦਾ, ਉੱਥੇ ਲਫ਼ਜ਼ ਸਨ ਮੇਰਾ ਗੁਰੂ ਇੰਨਾ ਪ੍ਰਸੰਨ ਹੁੰਦਾ, ਉਹ ਕਹਿੰਦਾ ਮੇਰੀ ਕੁੱਲ ਵਧੀ ਹੈ, ਤੇਰਾ ਪੁੱਤਰ ਨਹੀਂ ਪੈਦਾ ਹੋਇਆ, ਮੇਰੇ ਘਰ ਸਿੱਖ ਪੈਦਾ ਹੋਇਆ ਹੈ। ਜਦੋਂ ਸਿੱਖ ਦੇ ਘਰ ਬੱਚਾ ਜਨਮ ਲਵੇ, ਗੁਰੂ ਕਹਿੰਦਾ ਨਹੀਂ ਮੇਰੀ ਪੀੜ੍ਹੀ ਵਧੀ ਹੈ। ਯੁਗ ਯੁਗ ਪੀੜ੍ਹੀ ਚੱਲੇ ਸਤਿਗੁਰ ਕੀ ਗੁਰਬਾਣੀ ਵਿੱਚ। ਤੋ ਇਸ ਲਈ ਇਸ ਸ਼ਬਦ ਨੇ ਉਸ ਗੱਲ ਨੂੰ ਸਪਸ਼ਟ ਕਰ ਦਿੱਤਾ, ਕਹਿੰਦਾ ਮੇਰੀ ਕੁੱਲ ਜਿਹੜੀ ਹੈ ਉਹ ਹਰਨਾਕਿਸ਼ ਨੇ, ਉਹ ਤਾਂ ਮੈਨੂੰ ਮਾਰਨਾ ਚਾਹੁੰਦਾ, ਉਹ ਤਾਂ ਕੇਵਲ ਰਾਜਾ ਹੈ। ਔਰ ਕਿੰਨੀ ਅਜੀਬ ਗੱਲ ਹੈ, ਮਾਂ ਵੀ ਜਦੋਂ ਸਮਝਾ ਰਹੀ ਹੈ, ਮਾਂ ਵੀ ਜਦੋਂ ਅਫਸੋਸ ਕਰ ਰਹੀ ਹੈ ਉਹਨਾਂ ਹਾਲਾਤਾਂ ਵਿੱਚ, ਤੇ ਇੱਕ ਲਫ਼ਜ਼ ਵਰਤ ਰਹੀ ਹੈ ਵਸੁਧਾ ਬਸ ਕਿੰਨੀ ਸਭ ਰਾਜੇ ਹੈ। ਧਰਤੀ ਦਾ ਰਾਜਾ ਉਸ ਧਰਤੀ ਤੇ, ਉਸ ਰਈਅਤ ਵਿੱਚ, ਉਸ ਰਿਆਸਤ ਵਿੱਚ, ਉਸ ਘੇਰੇ ਵਿੱਚ, ਖੇਤਰ ਵਿੱਚ ਰਹਿਣ ਵਾਲੇ ਲੋਕ ਸਾਰੇ ਉਹਦਾ ਹੁਕਮ ਮੰਨਦੇ ਨੇ, ਉਹਦੇ ਸਾਹਮਣੇ ਸਲਾਮ, ਸਾਰੇ ਉਹਦੇ ਵਸ ਵਿੱਚ ਨੇ। ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ,
ਵਸੁੰਧਰਾ ਬਸ ਕੀ ਨਹੀਂ ਸਭ ਰਾਜੇ ਬਿੰਤੀ ਕਰੇ ਪਟਰਾਣੀ ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ ਤਿੰਨ ਤੋਂ ਔਰੇ ਠਾਣੀ ਪਰ ਇੱਕ ਖਿਆਲ ਕਰਿਓ ਇਹਦੇ ਵਿੱਚੋਂ ਇੱਕ ਪੁਆਇੰਟ ਇੱਕ ਲਫ਼ਜ਼ ਮਿਲਦਾ ਹੈ ਕਿ ਭਰਿਆ ਜਦੋਂ ਤੂੰ ਸੱਚ ਤੇ ਪਹਿਰਾ ਦੇਣ ਲਈ ਖੜਾ ਹੋਵੇਂ ਉਦੋਂ ਤੇਰੇ ਸਾਹਮਣੇ ਕੋਈ ਰੁਕਾਵਟ ਨਾ ਹੋਵੇ ਕੋਈ ਡਰ ਨਾ ਹੋਵੇ ਕੋਈ ਭੈ ਨਾ ਹੋਵੇ ਕੋਈ ਰਿਸ਼ਤੇ ਦਾ ਲਗਾਓ ਨਾ ਹੋਵੇ ਤੈਨੂੰ ਪਤਾ ਹੋਵੇ ਕਿ ਮੇਰਾ ਨਿਸ਼ਾਨਾ ਮੇਰਾ ਆਦਰਸ਼ ਹੀ ਮੇਰੇ ਜੀਵਨ ਦਾ ਸਭ ਤੋਂ ਵੱਡਾ ਰਿਸ਼ਤਾ ਹੈ ਜਿਸ ਦਿਨ ਮੈਂ ਆਦਰਸ਼ ਖੋ ਬੈਠਾ ਉਸ ਦਿਨ ਮੇਰਾ ਸਾਰਾ ਪਰਿਵਾਰ ਮੇਰੇ ਜੀਵਨ ਦਾ ਆਧਾਰ ਖਤਮ ਹੋ ਗਿਆ ਆਹ ਦ੍ਰਿੜਤਾ ਹੈ ਸੰਘਰਸ਼ ਵਿੱਚ ਜਿਹੜੀ ਕਰਨ ਦੀ ਲੋੜ ਹੈ ਕਹਿੰਦੇ ਨੇ ਫਿਰ ਇੱਥੇ ਬਸ ਨਹੀਂ ਕਿ ਤੈਨੂੰ ਹੀ ਕਾਫਲੇ ਦੀ ਲੋੜ ਹੈ ਤੈਨੂੰ ਪਤਾ ਹੋਵੇ ਵਿਰੋਧੀ ਵੀ ਘੱਟ ਨਹੀਂ ਉਹਨੇ ਵੀ ਕਾਫਲੇ ਬਣਾਏ ਹੋਏ ਨੇ ਅੱਜ ਵੀ ਦੇਖ ਲਓ ਮੈਂ ਸਾਰੀ ਚੀਜ਼ ਨੂੰ ਜਦੋਂ ਦੇਖ ਰਿਹਾ ਸਰ ਮੈਂ ਤਾਂ ਰੁਕਣਾ ਚਾਹੁੰਦਾ ਸਰ ਇਹਦੇ ਵਿੱਚ ਤਾਂ ਸਾਡੀ ਸਾਰੀ ਆਪਣੇ ਜੀਵਨ ਦੀ ਕਹਾਣੀ ਨਿਕਲ ਆਈ ਕਹਿੰਦੇ ਨੇ ਜਿੱਥੇ ਇੱਕ ਪਾਸੇ ਤੂੰ ਆਪਣਾ ਕਾਫਲਾ ਬਣਾਉਣਾ ਕਿ ਸੰਗ ਸਖਾ ਬੋਲੀਏ ਬਾਲ ਉੱਥੇ ਦੂਜੇ ਪਾਸੇ ਉਹਨਾਂ ਦਾ ਵੀ ਕਾਫਲਾ ਹੈ ਹੁਣ ਦੇਖਿਓ ਗੁਰਬਾਣੀ ਅੰਦਰ ਇਸ ਕਾਫਲੇ ਨੂੰ ਤੇ ਉਹਨਾਂ ਦੇ ਕਾਫਲੇ ਨੂੰ ਨਾਮ ਕੀ ਦਿੱਤਾ ਗਿਆ ਹੈ ਗੁਰਬਾਣੀ ਵਿੱਚ ਉਹਨਾਂ ਦੇ ਕਾਫਲੇ ਦਾ ਨਾਮ ਕੀ ਹੈ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਗੁਰਬਾਣੀ ਵਿੱਚ ਉਹਨੂੰ ਦੁਸ਼ਟ ਸਭਾ ਆਖਿਆ ਗਿਆ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਤਸੈ ਔਦ ਗਣੇ ਕਹਾਣੀ ਵਿੱਚੋਂ ਕੁਝ ਫੈਸਲੇ ਨੇ ਜਿਹੜੇ ਸਾਡੇ ਸਾਹਮਣੇ ਆਏ ਨੇ ਉਹਨਾਂ ਦੀ ਵੀ ਦੁਸ਼ ਚੌਕੜੀ ਉਹ ਵੀ ਇਕੱਠੇ ਹੁੰਦੇ ਨੇ ਤੇ ਸਦਾ ਹਮੇਸ਼ਾ ਹੀ ਕੂੜੇ ਫੈਸਲੇ ਕਰਦੇ ਨੇ ਨਾ ਬੁੱਝੇ ਵਿਚਾਰੇ ਉਹ ਕਦੀ ਵਿਚਾਰ ਕੇ ਬੁੱਝਦੇ ਨਹੀਂ ਕਿ ਨਿੰਦਾ ਦੁਸ਼ਟੀ ਤੇ ਕਿਹਨੂੰ ਫਲ ਪਾਇਆ ਉਹ ਕਦੀ ਨਹੀਂ ਸੋਚਦੇ ਕਿ ਪਾਪ ਬੁਰਾ ਪਾਪੀ ਕੋ ਪਿਆਰਾ ਅੱਜ ਵੀ ਪਾਪ ਤਾਂ ਹੁੰਦੇ ਨੇ ਅੱਜ ਵੀ ਜ਼ੁਲਮ ਤਾਂ ਹੁੰਦੇ ਨੇ ਅੱਜ ਵੀ ਅਤਿਆਚਾਰ ਤਾਂ ਹੁੰਦੇ ਅੱਜ ਵੀ ਪਰਾਇਆ ਹੱਕ ਤੇ ਪਰਾਏ ਜਿਹੜੇ ਨਿਯਮ ਨੇ ਉਹ ਕਿਉਂ ਅਪਣਾਏ ਜਾ ਖਤਮ ਕੀਤੇ ਜਾਂਦੇ ਨੇ ਉਹਦਾ ਕਾਰਨ ਇਹ ਕਿਉਂਕਿ ਕਰਨ ਵਾਲਾ ਕਦੀ ਇਹ ਨਹੀਂ ਸਮਝਦਾ ਸੋਚਦਾ ਕਿ ਅੱਜ ਤੱਕ ਜੇ ਔਰੰਗਜ਼ੇਬ ਸਫਲ ਨਹੀਂ ਹੋਇਆ ਜੇ ਸੰਸਾਰ ਅੰਦਰ ਜਹਾਂਗੀਰ ਚਲਾ ਗਿਆ ਉਹ ਸਫਲ ਨਹੀਂ ਹੋਇਆ ਤੇ ਭਰਿਆ ਤੂੰ ਬੈਠਾ ਰਹਿਣਾ ਤੂੰ ਵੀ ਚਲਾ ਜਾ ਕਹਿਣ ਲੱਗੇ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੁਝੇ ਵਿਚਾਰ ਨਿੰਦਾ ਦੁਸ਼ਟੀ ਤੇ ਕਿਹਨੂੰ ਫਲ ਪਾਇਆ ਦੱਸੋ ਕਿਹਨੂੰ ਕੋਈ ਨੇਕੀ ਕਿਹਨੂੰ ਕੋਈ ਚੰਗਾ ਫਲ ਮਿਲਿਆ ਇਹਨਾਂ ਕੰਮਾਂ ਦਾ ਨਿੰਦਾ ਦੁਸ਼ਟੀ ਤੇ ਕਿਹਨੂੰ ਫਲ ਪਾਇਆ ਹਰ ਨਾਕਸ਼ ਨਥੇ ਵਿਦਾਰੇ ਹਰ ਨਾਕਸ਼ ਨੂੰ ਨਵਾਂ ਨਾਲ ਫਾੜ ਕੇ ਖਤਮ ਕੀਤਾ ਗਿਆ ਕਿ ਉਹਨੂੰ ਚੰਗਿਆਈ ਮਿਲ ਗਈ ਇੱਕ ਬੱਚੇ ਨੂੰ ਦੇ ਸਾਹਮਣੇ ਸੰਘਰਸ਼ ਕਰਨ ਆਪਣੇ ਪੁੱਤਰ ਦੇ ਸਾਹਮਣੇ ਸੰਘਰਸ਼ ਕਰਨ ਤੇ ਮੇਰਾ ਸੰਘਰਸ਼ ਨਹੀਂ ਹੱਥ ਵਿੱਚ ਤਲਵਾਰ ਫੜ ਕੇ ਇੱਕ ਚੈਲੰਜ ਕਰਨਾ ਕਿ ਕਾੜ ਖੜੇ ਕੋ ਪਿਓ ਰਸਾਏ ਤੁਝੇ ਰਾਖਣ ਹਾਰੋ ਮੋਹ ਬਤਾਏ ਦੱਸ ਤੇਰਾ ਰਖਵਾਲਾ ਕੌਣ ਇੱਕ ਬੱਚੇ ਨੂੰ ਆਖ ਲਿਆ ਰਾਖਣ ਹਾਰੋ ਮੋਹ ਬਤਾਏ ਪ੍ਰਥਮ ਤੇ ਨਿਕਸੇ ਕਹਿ ਵਿਸਥਾਰ ਹਰ ਨਾਕਸ਼ ਛੇਦਿਓ ਨਾ ਵਿਦਾਰ ਕਹਿਣ ਲੱਗੇ ਜ਼ੁਲਮ ਦਾ ਅੰਤ ਇਉਂ ਹੁੰਦਾ ਹੈ ਇਸ ਲਈ ਇਸ ਕਹਾਣੀ ਵਿੱਚੋਂ ਇਹ ਸਾਰੀਆਂ ਚੀਜ਼ਾਂ ਸਮਝ ਲੈ ਕਿ ਜ਼ਾਲਮ ਤੇ ਜ਼ੁਲਮ ਦੇ ਸਾਹਮਣੇ ਝੁੱਕ ਕੇ ਸਲਾਮ ਕਰਨ ਨਾਲ ਕਦੀ ਜ਼ੁਲਮ ਖਤਮ ਨਹੀਂ ਹੁੰਦਾ
ਸੰਘਰਸ਼ ਹੈ ਤੇ ਸੰਘਰਸ਼ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਹੈ ਦ੍ਰਿੜਤਾ, ਆਪਣੇ ਫੈਸਲੇ ਪ੍ਰਤੀ ਵਿਸ਼ਵਾਸ, ਚੰਗਿਆਈ ਤੇ ਕਾਫਲਾ ਆਪਣੇ ਨਾਲ ਇਕੱਠਾ ਕਰਨਾ, ਮੌਤ ਦਾ ਭੈ ਡਰ, ਅਰਾਜ ਸ਼ਕਤੀ ਦਾ ਭੈ ਡਰ, ਸਭ ਖੁਦ ਕੁਝ ਖਤਮ ਕਰ ਦੇਣਾ। ਇਹ ਦੇਖ ਲੈ, ਕਹਿੰਦੇ ਨੇ ਇੱਕ ਵਾਰ ਨਹੀਂ ਆਪਣੀ ਜ਼ਿੰਦਗੀ ਵਿੱਚ ਪ੍ਰਹਿਲਾਦ ਦੇ ਅਨੇਕਾਂ ਵਾਰ ਬਿਪਤਾ ਆਈਆਂ, ਇਸੇ ਲਈ ਆਖਰੀ ਤੋਂ ਅੰਦਰ ਕਹਿਣ ਲੱਗੇ ਕਹਿ ਕਬੀਰ ਤੂੰ ਲਿਖੇ ਨਾ ਪਾਰ ਹਰ ਨਾਕਸ਼, ਪ੍ਰਹਿਲਾਦ ਉਧਾਰੇ ਅਨੇਕ ਵਾਰ, ਕਦੇ ਪਾਣੀ ਵਿੱਚ ਸੁੱਟਿਆ ਗਿਆ, ਕਦੀ ਪਹਾੜ ਤੇ ਸੁੱਟਿਆ ਗਿਆ, ਕਦੀ ਅੱਗ ਵਿੱਚ ਬਿਠਾਇਆ ਗਿਆ ਕਿ ਕਿਸੇ ਤਰ੍ਹਾਂ ਇਹ ਖਤਮ ਹੋ ਜਾਏ, ਪਰ ਪ੍ਰਹਿਲਾਦ ਉਧਾਰੇ ਅਨੇਕ ਵਾਰ, ਹਮੇਸ਼ਾ ਅਨੇਕਾਂ ਵਾਰ ਉਹਦੇ ਸਾਹਮਣੇ ਮੌਤ ਦਾ ਭੈ ਲਿਆ ਕੇ ਖੜਾ ਕੀਤਾ ਗਿਆ, ਪਰ ਡਰਿਆ ਨਹੀਂ। ਆਖਰ ਹਰਨਾਕਸ਼ ਖਤਮ ਹੋਇਆ, ਪ੍ਰਹਿਲਾਦ ਨਹੀਂ ਖਤਮ ਹੋਇਆ। ਇਹ ਸੀ ਇਸ ਕਹਾਣੀ ਦਾ ਅੰਤ, ਅਤੇ ਜਿੰਨਾ ਜਿੰਦਾ ਆਰੰਭ ਕਹਾਣੀ ਦਾ ਕਿੱਥੋਂ ਹੋਇਆ ਕਿ ਪ੍ਰਹਿਲਾਦ ਦਾ ਇੱਕ ਵਿਸ਼ਵਾਸ ਹੈ, ਨਹੀਂ ਛੋੜੋਗੇ ਨਹੀਂ ਛੋੜੋਗੇ ਬਾਬਾ ਰਾਮ ਨਾਮ, ਬਾਬਾ ਰਾਮ ਨਾਮ ਝੂਠ ਦਾ ਸੰਘਰਸ਼ ਅੱਜ ਤੋਂ ਨਹੀਂ ਸਦੀਆਂ ਤੋਂ ਚੱਲਦਾ, ਯੁਗਾਂ ਤੋਂ ਚੱਲਦਾ ਹੈ। ਕਿਸੇ ਯੁੱਗ ਦੇ ਇਤਿਹਾਸ ਵੱਲ ਝਾਤ ਮਾਰੋ, ਤੁਹਾਨੂੰ ਨਜ਼ਰ ਆਏਗਾ ਜਿਵੇਂ ਸੰਸਾਰਿਕ ਦੁਖਾਂਤ ਉਸ ਯੁੱਗ ਦਾ ਕੇਵਲ ਸੱਚ ਅਤੇ ਝੂਠ ਦੇ ਟਕਰਾਓ ਵਿੱਚ ਹੀ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸੇ ਲਈ ਆਖ ਦਿੱਤਿਆ ਕਿ ਸੱਚ ਝੂਠ ਸੱਚ ਕੂੜ ਦੋਏ ਝਾਗੜੂ, ਆਪਸ ਵਿੱਚ ਇਹਨਾਂ ਦਾ ਝਗੜਾ ਕਦੀ ਖਤਮ ਹੀ ਨਹੀਂ ਹੁੰਦਾ। ਭਾਈ ਸਾਹਿਬ ਕਹਿੰਦੇ ਸੱਚ ਕੂੜ ਦੋਏ ਝਾਗੜੂ, ਝਗੜਾ ਕਰਦੇ ਚੌਥੇ ਆਇਆ, ਝਗੜਾ ਕਰਦਿਆਂ ਕਰਦਿਆਂ ਆਖਰ ਇਨਸਾਫ ਦੇ ਦਰਵਾਜ਼ੇ 'ਤੇ ਵੀ ਆਉਣਾ ਪੈਂਦਾ ਹੈ। ਚੌਥਾ ਉਦੋਂ ਹੁੰਦਾ ਸੀ ਉਹ ਥਾਂ ਪੰਚਾਇਤ ਜਿੱਥੇ ਬੈਠ ਕੇ ਚੌਥੇ 'ਤੇ ਫੈਸਲੇ ਕਰਦੀ ਸੀ। ਸੱਚ ਕੂੜ ਦੋ ਝਗੜੂ, ਝਗੜਾ ਕਰਦੇ ਚੌਥੇ ਆਇਆ। ਅੱਗੇ ਸੱਚਾ ਸੱਚ ਨਿਆਉ ਅਤੇ ਸਾਵੇਂ ਦੋਵੇਂ ਝਗੜਾਇਆ। ਅੱਗੇ ਇਨਸਾਫ ਦਾ ਘਰ ਸੀ, ਦੋਵੇਂ ਉਹਦੇ ਸਾਹਮਣੇ ਝਗੜ ਪਏ। ਉਹ ਆਖੇ ਮੈਂ ਠੀਕ ਹਾਂ, ਉਹ ਆਖੇ ਮੈਂ ਠੀਕ ਹਾਂ। ਖੈਰ ਮੈਂ ਅੱਜ ਉਸ ਵਿਸਤਾਰ ਵਿੱਚ ਨਾ ਜਾਵਾਂ। ਭਾਈ ਸਾਹਿਬ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਹੋਇਆ ਕਿ ਸੱਚ ਸੱਚਾ ਕੂੜ ਕੂੜਿਆਰ ਵਿੱਚ ਦੇ ਸਭਨਾ ਵਿੱਚ ਦੇ ਸਰਪੰਚਾਂ ਸਮਝਾਇਆ, ਉਹਨਾਂ ਪੰਚਾਂ ਨੇ ਸਮਝਾ ਕੇ ਵਿੱਚ ਆਖਿਆ ਉਹ ਸੱਚਾ ਸੱਚ ਹੈ, ਕੂੜਾ ਕੂੜ ਹੈ। ਫੈਸਲਾ ਇਹ ਹੁੰਦਾ ਹੈ। ਗੁਰੂ ਨੇ ਵੀ ਆਖ ਦਿੱਤਾ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਪਰ ਉਹ ਓੜਕ ਦਾ ਜਿਹੜਾ ਲਫ਼ਜ਼ ਹੈ ਨਾ, ਉਹ ਸਾਨੂੰ ਕੋਈ ਸ਼ਕਤੀ ਦਿੰਦਾ। ਓੜਕ ਦਾ ਮਤਲਬ ਅਖੀਰ, ਪਰ ਅਸੀਂ ਪਹਿਲਾਂ ਹੀ ਡੋਲ ਜਾਂਦੇ ਹਾਂ। ਸਾਡਾ ਦੁਖਾਂ ਤੇ ਕਿ ਸੱਚ ਦੇ ਰਾਹ ਦੇ ਤੇ ਤੁਰਨ ਤੋਂ ਪਹਿਲਾਂ ਹੀ ਡਾਵਾਂ ਡੋਲ ਹੋ ਜਾਣੀ ਆ, ਸਾਡੀ ਲੱਤਾਂ ਕੰਬਣ ਲੱਗ ਪੈਂਦੀਆਂ। ਸੱਚ ਦਾ ਸੰਘਰਸ਼ ਦਾ ਓੜਕ ਤੱਕ ਪਹੁੰਚਣਾ ਤੇ ਬਹੁਤ ਦੂਰ ਦੀ ਗੱਲ ਹੈ। ਜੇ ਤੂੰ ਓੜਕ ਤੱਕ ਪਹੁੰਚ ਜਾਏ ਦ੍ਰਿੜਤਾ ਨਾਲ, ਵਿਸ਼ਵਾਸ ਨਾਲ,
ਆਪਣੇ ਉਸ ਸੱਚ ਦਾ ਪੱਲਾ ਫੜ ਕੇ ਕਦੀ ਛੱਡੇ ਨਾ, ਦ੍ਰਿੜਤਾ ਨਾਲ ਤੁਰਿਆ ਜਾਏ। ਅਤੇ ਫਿਰ ਗੁਰੂ ਨਾਨਕ ਦੇ ਬਚਨ ਤੇਰੇ ਨਾਲ ਨੇ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚੇਤਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।